ਪੁੱਤ ਦੀ ਦੁਕਾਨ ਤੇ ਅੱਗ ਲੱਗਣ ਤੋਂ ਬਾਅਦ ਫੁੱਟ ਫੁੱਟ ਕੇ ਰੋਇਆ ਪਿਓ। ਲੱਖਾਂ ਦਾ ਨੁਕਸਾਨ ਹੋਣ ਤੋਂ ਬਾਅਦ ਵੀ ਕਰ ਰਿਹਾ ਵਾਹਿਗੁਰੂ ਦਾ ਸ਼ੁਕਰਾਨਾ। ਦੱਸਦੀ ਹੈ ਕਿ ਇੱਕ ਕੱਪੜਿਆਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਜਾਂਦੀ ਹੈ, ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਤਾਂ ਅੱਗ ਇੰਨੀ ਤੇਜ਼ ਸੀ ਕਿ ਦੂਰ ਦੂਰ ਤੱਕ ਇਸਦਾ ਸੇਕ ਆ ਰਿਹਾ ਸੀ, ਜਿਸ ਕਰਕੇ ਕੋਈ ਵੀ ਇਸਦੇ ਨਜ਼ਦੀਕ ਨਹੀਂ ਜਾ ਰਿਹਾ ਸੀ। ਤਾਂ ਮੌਕੇ ਤੇ ਫਾਇਰ ਬ੍ਰਿਗੇਡ ਦੀ ਟੀਮ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਤਾਂ ਦੁਕਾਨ ਮਾਲਕ ਮੁਤਾਬਿਕ ਉਸਦਾ 17 ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਹੋਇਆ, ਜਿਸ ਤੇ ਦੁਕਾਨਦਾਰ ਦਾ ਪਿਤਾ ਫੁੱਟ ਫੁੱਟ ਕੇ ਰੋਂਦਾ ਨਜ਼ਰ ਆਇਆ। ਇਸ ਦੇ ਬਾਵਜੂਦ ਵੀ ਉਹ ਲਗਾਤਾਰ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨਜ਼ਰ ਆਏ, ਜਿਸ ਨੂੰ ਵੇਖ ਕੇ ਸਾਰੇ ਹੈਰਾਨ ਰਹਿ ਜਾਂਦੇ ਨੇ। ਤਾਂ ਦੱਸ ਦਈਏ ਕਿ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ। ਮਿਲੀ ਜਾਣਕਾਰੀ ਅਨੁਸਾਰ ਦੁਕਾਨ ਦੇ ਵਿੱਚ ਸ਼ਾਰਟ ਸਰਕਟ ਕਾਰਨ ਇਹ ਭਿਆਨਕ ਅੱਗ ਲੱਗੀ ਹੈ, ਜਿਸ ਦੀਆਂ ਇਹ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਤਾਂ ਵੇਖ ਸਕਦੇ ਹੋ ਕਿ ਮੌਕੇ ਤੇ ਤਾਰਾਂ ਦੇ ਪਟਾਕੇ ਪੈਂਦੇ ਵੀ ਨਜ਼ਰ ਆ ਰਹੇ ਨੇ। ਤਾਂ ਅੱਗ ਇੰਨੀ ਤੇਜ਼ ਸੀ ਕਿ ਦੂਰ ਦੂਰ ਤੱਕ ਲੋਕ ਖੜੇ ਰਹਿੰਦੇ ਨੇ, ਪਰ ਕੋਈ ਵੀ ਨਜ਼ਦੀਕ ਨਹੀਂ ਜਾਂਦਾ, ਕਿਉਂਕਿ ਅੱਗ ਇੰਨੀ ਭਿਆਨਕ ਸੀ ਕਿ ਉਸਦਾ ਸੇਕ ਦੂਰ ਤੱਕ ਲੱਗ ਰਿਹਾ ਸੀ। ਜਿਸ ਤੋਂ ਬਾਅਦ ਤੁਰੰਤ ਦਮਕਲ ਵਿਭਾਗ ਨੂੰ ਸੂਚਿਤ ਕੀਤਾ ਗਿਆ, ਤੇ ਮੌਕੇ ਤੇ ਉਹਨਾਂ ਦੀਆਂ 2 ਗੱਡੀਆਂ ਆਉਂਦੀਆਂ ਨੇ, ਤੇ ਕੜੀ ਮਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਤਾਂ ਦੁਕਾਨਦਾਰ ਦਾ ਇਸ ਦੇ ਵਿੱਚ ਲੱਖਾਂ ਦਾ ਨੁਕਸਾਨ ਹੋ ਜਾਂਦਾ ਹੈ, ਤੇ ਉਸਦਾ ਪਿਓ ਮੌਕੇ ਤੇ ਰੋਂਦਾ ਹੋਇਆ ਵੀ ਨਜ਼ਰ ਆਉਂਦਾ ਹੈ, ਤੇ ਨਾਲ ਹੀ ਵਾਹਿਗੁਰੂ ਦਾ ਸ਼ੁਕਰਾਨਾ ਕਰਦਾ ਵੀ ਨਜ਼ਰ ਆਇਆ। ਪਤਾ ਨਹੀਂ ਜੀ ਕੀ ਕਾਰਨ ਬਣਿਆ ਤੇ ਕੀ ਨਹੀਂ, ਮੁੰਡਾ ਦੁਕਾਨ ਬੰਦ ਕਰਕੇ ਗਿਆ ਗਿਆ, ਤੇ ਦੁਕਾਨ ਬੰਦ ਕਰਨ ਤੋਂ ਬਾਅਦ ਦਸੀ 15 ਮਿੰਟ ਹੀ ਮਗਰੇ ਉਹਨੂੰ ਫੋਨ ਚਲਾ ਗਿਆ ਵੀ ਦੁਕਾਨ ਨੂੰ ਅੱਗ ਲੱਗ ਗਈ। ਤੇ ਸਰ ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਜੀ ਕਿੰਨਾ ਕੁ ਦੱਸੀਏ, 9-10 ਲੱਖ ਦਾ ਨੁਕਸਾਨ ਹੋਇਆ। ਤੇ ਸਰ ਅੱਗ ਤੇ ਕਿੱਦਾਂ ਕਾਬੂ ਪਾਇਆ ਗਿਆ ਜੀ? ਕਾਬੂ ਜਨਤਾ ਨੇ ਪਾਇਆ, ਆਹ ਜਨਤਾ ਨੇ ਪਾਇਆ, ਜਨਤਾ ਨੇ ਪਾਇਆ। ਗੱਡੀ ਤਾਂ ਧੂਣ ਆਉਂਦੀ ਪਈ ਹੈ, ਅਤੇ ਜਨਤਾ ਨੇ ਬਹੁਤ ਹਿੰਮਤ ਕੀਤੀ ਹੈ, ਬੜਾ ਕੁਛ ਇਹਨਾਂ ਕੀਤਾ ਵਿਚਾਰਿਆਂ ਨੇ। ਚਲੋ ਜੋ ਕਿਸਮਤ ਹੋਗਾ ਉਸ ਤਰ੍ਹਾਂ ਦਾ। ਅਤੇ ਸਰ ਜਦੋਂ ਫਾਇਰ ਬ੍ਰਿਗੇਡ ਨੂੰ ਕਿੰਨੇ ਟਾਈਮ ਬਾਅਦ ਫੋਨ ਕੀਤਾ, ਅਤੇ ਕਿੰਨਾ ਟਾਈਮ ਹੋ ਗਿਆ ਹਲੇ ਫਾਇਰ ਬ੍ਰਿਗੇਡ ਨਹੀਂ ਪਹੁੰਚੀ? ਸਾਨੂੰ ਤਾਂ ਜੀ ਫੋਨ ਗਿਆ ਹੈ, ਹੁਣ ਟਾਈਮ ਮੈਂ ਨਹੀਂ ਉੱਥੇ ਵੇਖਿਆ ਵੀ ਕੀ ਟਾਈਮ ਸੀ, ਮੈਂ ਤਾਂ ਬੈਠਾ ਇਸ ਤਰ੍ਹਾਂ ਹੀ ਬੈਠਾ, ਮੈਂ ਉਵੇਂ ਜਿਵੇਂ ਸਮਾਂ ਲੱਗਾ ਤੇ ਉਵੇਂ ਭੱਜਿਆ ਗਲੀ 'ਚ, ਮੁੰਡੇ ਬਾਹਰ ਆਏ ਉਸ ਪਾਸੇ ਉਹਦੇ ਮੋਟਰਸਾਈਕਲ ਲੈ ਕੇ ਮੇਰੇ ਬਾਹਰ ਗਏ, ਕੈਸੇ ਆਏ ਸੀ ਵੇਖਿਆ ਮੇਰੇ ਪਾਇਆ ਵਿਆਹ ਹੈ। ਬਾਕੀ ਆਹ ਜਨਤਾ ਨੇ, ਜਨਤਾ ਨੇ ਬਹੁਤ ਸਹਿਯੋਗ ਦਿੱਤਾ ਹੈ, ਇੰਨਾ ਪਾਣੀ ਧਾਣੀ ਪਾਇਆ, ਸਾਰਾ ਕੁਛ ਕੀਤਾ, ਬਹੁਤ ਭਾਜੀ ਬਹੁਤ ਜ਼ਿਆਦਾ ਭਾਜੀ ਕਹਾਣਾ ਮਾੜਾ ਜੀ ਮੱਲਾ ਵਾਲੇ ਮੇਨ ਬਾਜ਼ਾਰ ਦੇ ਵਿੱਚ ਰਵਲ ਗਾਰਮੈਂਟ 'ਤੇ, ਅਤੇ ਉੱਥੇ ਪਤਾ ਨਹੀਂ 7-7 ਹਜ਼ਾਰ ਦਾ ਪਟਾਕਾ ਮਾਰਿਆ, ਪਤਾ ਨਹੀਂ ਲੱਗਿਆ। ਬ੍ਰਦਰ ਕਿੰਨਾ ਕੁ ਨੁਕਸਾਨ ਹੋਇਆ ਹੈ? 15-16 ਲੱਖ ਦਾ ਮਾੜਾ ਜੀ ਨੁਕਸਾਨ ਹੋਇਆ। ਬ੍ਰਦਰ ਅੱਗ 'ਤੇ ਕਿਸ ਤਰ੍ਹਾਂ ਕਾਬੂ ਪਾਇਆ ਗਿਆ ਜੀ? ਅੱਗ 'ਤੇ ਮਾੜਾ ਜੀ ਆਂਢ ਗੁਆਂਢ ਨੇ ਪਾਇਆ, ਫਾਇਰ ਬ੍ਰਿਗੇਡ ਤਾਂ ਬਹੁਤ ਲੇਟ ਆਈ। ਤੁਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਸੀ? ਹਾਂਜੀ। ਕਿੰਨੇ ਟਾਈਮ ਬਾਅਦ ਆਏ ਜੀ? ਡੇਢ ਤੱਕ 2 ਘੰਟੇ ਬਾਅਦ ਆਏ। ਹੁਣ ਕਿਸ ਤਰ੍ਹਾਂ ਹਾਲਾਤ ਨੇ ਜੀ ਇੱਥੋਂ ਦੇ? ਹਾਲਾਤ ਤੁਹਾਡੇ ਸਾਹਮਣੇ ਚੱਲ ਰਹੇ ਨੇ। ਸਰਕਾਰ ਤੋਂ ਕੀ ਮੰਗ ਕਰਨੀ? ਸਰਕਾਰ ਤੋਂ ਮਾੜਾ ਜੀ ਮੇਰੀ ਗਰੀਬ ਦੀ ਕੋਈ ਮਦਦ ਕੀਤੀ ਜਾਵੇ। ਭਾਅ ਜੀ ਕਿੱਥੇ ਅੱਗ ਲੱਗੀ ਹੈ ਜੀ? ਇਹ ਮੱਲਾ ਵਾਲੇ ਮੇਨ ਬਾਜ਼ਾਰ ਵਿੱਚ। ਅੱਛਾ ਭਾਅ ਜੀ ਕਿੰਨਾ ਕੁ ਨੁਕਸਾਨ ਹੋਇਆ ਜੀ? ਨੁਕਸਾਨ ਸਰ ਬਹੁਤ ਹੋ ਗਿਆ ਜੀ, ਨੁਕਸਾਨ ਕਰਕੇ 2 ਲੱਖ ਦਾ ਸਮਾਨ ਲੁੱਟ ਗਿਆ ਜੀ। ਭਾਅ ਜੀ ਅੱਗ ਲੱਗਣ ਦਾ ਕਾਰਨ ਪਤਾ ਲੱਗਿਆ? ਅੱਗ ਲੱਗਣ ਦਾ ਕਾਰਨ ਬਿਜਲੀ ਦੀਆਂ ਤਾਰਾਂ ਜੀ।
ਭਾਈ ਜਦੋਂ ਅੱਗ ਲੱਗੀ ਉਦੋਂ ਦੁਕਾਨ ਦੇ ਵਿੱਚ ਕੋਈ ਮੌਜੂਦ ਸੀ ਜਾਂ ਦੁਕਾਨ? ਉਸ ਟਾਈਮ ਤੁਸੀਂ ਕਿੱਥੇ ਸੀ? ਅਤੇ ਸਰ ਤੁਸੀਂ ਫਾਇਰ ਬ੍ਰਿਗੇਡ ਨੂੰ ਜਾਂ ਫੋਨ ਕੀਤਾ? ਕਿਸ ਤਰ੍ਹਾਂ ਅੱਗ 'ਤੇ ਕਾਬੂ ਪਾਇਆ ਗਿਆ ਜੀ? ਕਿਸ ਤਰ੍ਹਾਂ ਦੀ ਮੰਗ ਕਰਦੇ ਹੋ? ਕਿਸ ਤਰ੍ਹਾਂ ਦੀ ਮੰਗ ਕਰਦੇ? ਕਿਰਾਏ 'ਤੇ ਦੁਕਾਨ ਹੈ ਜੀ। ਠੀਕ ਹੈ ਜੀ।